ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਵੰਤ ਸਿੰਘ ਰਾਣੀਪੁਰ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ। ਮੈਂ ਸਾਰੇ ਹੀ ਆਪਣੇ ਦੇਸ਼ ਵਾਸੀਆਂ ਨੂੰ, ਆਪਣੇ ਪਰਿਵਾਰ ਵੱਲੋਂ, ਆਪਣੀ ਪਾਰਟੀ ਵੱਲੋਂ, ਮੇਰੇ ਬਹੁਤ ਹੀ ਨਜ਼ਦੀਕੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਜੀ ਸੇਖਵਾਂ ਵੱਲੋਂ, ਉਹਨਾਂ ਦੇ ਪਰਿਵਾਰ ਵੱਲੋਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਦਿਵਾਲੀ ਦੀ, ਬੰਦੀ ਛੋੜ ਦਿਵਸ ਦੀ। ਮੈਂ ਜ਼ਿਆਦਾਤਰ ਆਪਣੇ ਹਲਕੇ ਨੂੰ ਅਪੀਲ ਕਰਾਂਗਾ, ਪੰਜਾਬ ਦੀ ਜਨਤਾ ਨੂੰ ਅਪੀਲ ਕਰਾਂਗਾ ਕਿ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਫਸੇ ਆ, ਅੱਗੇ ਤੋਂ ਨਵੀਂ ਪੀੜ੍ਹੀ ਜਿਹੜੀ ਵੀ ਹੈਗੀ ਉਹ ਨਸ਼ਿਆਂ ਤੋਂ ਦੂਰ ਰਹੇ, ਤਾਂ ਜੇ ਪਰਿਵਾਰ ਵੀ ਸੁਖੀ ਰਹੇ, ਆਪਣੇ ਆਪ ਨੂੰ ਸਾਰਾ ਉਹ ਨੌਜਵਾਨ ਵੀ ਸੁਖੀ ਰਹਿਣ। ਇੱਕ ਮੈਂ ਆਪਣੇ ਅਪੀਲ ਕਰਾਂਗਾ ਜਨਤਾ ਨੂੰ, ਆਪਣੇ ਵੀਰਾਂ ਨੂੰ, ਕਿ 550 ਸਾਲਾਂ ਜਿਹੜਾ ਆ ਰਿਹਾ ਉਹਦੇ 550 ਸਾਲਾਂ ਦੀ ਖੁਸ਼ੀ 'ਤੇ ਵੱਧ ਤੋਂ ਵੱਧ ਜਿਹੜੇ ਦਰਖਤ ਲਗਾਏ ਜਾਣ, ਤਾਂ ਜੋ ਪ੍ਰਦੂਸ਼ਣ ਦੂਰ ਹੋ ਸਕੇ ਅਤੇ ਆਪਣਾ ਜਿਹੜਾ ਪੰਜਾਬ ਹੈ ਇਹਨੂੰ ਖੁਸ਼ਹਾਲ ਬਣਾਇਆ ਜਾਵੇ। ਮੈਂ ਫਿਰ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ।